नमस्कार दोस्तों, मैं सोनू लाठीवाल, आप देख रहे हैं यूट्यूब चैनल बुल्ली कुत्ता इंपोर्ट एक्सपोर्ट। और आज हम पहुंचे हैं पंजाब नवा शहर गांव किशनपुर के अंदर, और आज हम आपसे मिलवाएंगे गुरमुख सिंह जी और बलबीर सिंह जी से। उनके पास है जोगी। दोस्तों, आज हमारे साथ हैं गुरमुख सिंह जी और बलबीर सिंह जी, और इनके पास है जोगी, और हमारे को जोगी के बारे में जानकारी देंगे। तो सबसे पहले गुरमुख सिंह जी, आप हमारे दर्शकों को ये बताएं कि आपको डॉग्स का शौक है जो कब से है? शौक हैगा भाजी सानू 8-9 साल तो। अच्छा जी। ते अपना भरा एक बिंदा ढिल्लों आस्ट्रेलिया गए हुए ने, वो हाँ जी, ते वो भी पूरी इधर केयर करते हैं इन्हां दी। हाँ जी, हाँ जी। तो बाकी उन्हां दी बदौलत असीं पूरी इन्हां दी टेक केयर करते हैं जी। अच्छा जी, हाँ जी। तो उन्होंने कितना टाइम हो गया जी आस्ट्रेलिया गया नू? उन्होंने तकरीबन हो गया जी 3 साल के करीब हो गए। अच्छा जी। पिंदा ढिल्लों जिहड़े ब्रदर हैगे आ तुहाडे, उन्होंने तो थोड़ा कट्ठियां शौक सी? हाँ जी, कट्ठियां सानू छोटे होंदे नूं, जाने कि असीं छोटे होंदे रखते हैं जिदा 8-9 साल तो। हाँ जी, हाँ जी। ते दोने ही यह बुली दे ज्यादा सानू शौक सीगा, पहले तो रखे ही बुली ही असीं। अच्छा, शुरू तो बुली ही शुरू कीता, यही ब्रीड से यही रखी। हाँ जी, ठीक है। ते अगे जोगी तैयार करे अपने जिहड़े आई दी मदर है शीला। अच्छा जी। वो तो ये तैयार करिया। अच्छा जी। ते इन्हां दी एक भैण भी है जैनी, वो दूजे पासे है अपनी। ਇਹ 2-3 ਦੋ ਆਪਣੇ ਰੱਖੇ ਹੋਏ ਆ ਹੁਣ। ਮੰਨ ਕੇ ਆਪਣੇ ਜਿਹੜੀ ਸ਼ੀਲਾ ਹੈਗੀ ਹੈ, ਸ਼ੀਲਾ ਦੇ ਤੁਸੀਂ ਦੋ ਜਿਹੜੇ ਪਪਸ ਨੇ ਉਹ ਦੋ ਰੱਖ ਲਏ, ਇੱਕ ਇਹਦੀ ਸਿਸਟਰ ਹੈਗੀ ਹੈ ਤੇ ਇੱਕ ਜੋਗੀ। ਸ਼ੀਲਾ ਦੇ ਦੋ ਬੱਚੇ ਰੱਖ ਲਏ? ਹਾਂਜੀ, ਦੋ ਬੱਚੇ ਰੱਖ ਲਏ ਅਸੀਂ। ਠੀਕ ਹੈ, ਠੀਕ ਹੈ। ਤੇ ਥੋੜ੍ਹਾ ਆਪਣੇ ਦਰਸ਼ਕਾਂ ਨੂੰ ਦੱਸੋਗੇ ਬਈ ਜਿਹੜੀ ਸ਼ੀਲਾ ਹੈਗੀ ਹੈ ਬਈ ਬਹੁਤ ਚੰਗੀ ਪ੍ਰੋਡਿਊਸਰ ਹੈ, ਅਸੀਂ ਦੇਖਿਆ ਜੋਗੀ ਬਹੁਤ ਚੰਗਾ ਵੀ ਇੰਡੀਅਨ ਮੈਸਟਿਫ ਹੈ, ਤੇ ਸ਼ੀਲਾ ਦੇ ਬਾਰੇ ਦੱਸੋਗੇ ਕਿਹੜੀ ਬਲੱਡ ਲਾਈਨ ਤੋਂ ਹੈ ਜੀ ਸ਼ੀਲਾ ਜੀ? ਸ਼ੀਲਾ ਦੀ ਬਲੱਡ ਲਾਈਨ ਹੈਗੀ ਹੈ ਜੀ, ਇਹ ਹੈਗੀ ਛੇਰੂ ਦੀ ਬੱਚੀ ਹੈ ਜੀ। ਡਾਇਰੈਕਟ ਛੇਰੂ ਦੀ ਬੱਚੀ? ਹਾਂਜੀ, ਡਾਇਰੈਕਟ ਛੇਰੂ ਦੀ ਬੱਚੀ ਹੈ, ਤੇ ਲਾਡੋ ਦੀ ਮਾਂ ਹੈ ਜੀ। ਅੱਛਾ ਅੱਛਾ, ਹਾਂਜੀ। ਤੇ ਬਾਕੀ ਬਹੁਤ ਵਧੀਆ, ਇਹ ਦੇਖ ਲਓ ਸਾਡੇ ਸਾਹਮਣੇ ਰਿਜ਼ਲਟ ਹੈ, ਦੇਖਿਆ ਹੀ ਹੋਣਾ ਤੁਸੀਂ ਜੋਗੀ ਬਾਰੇ। ਹਾਂਜੀ ਹਾਂਜੀ, ਦੇਖਿਆ ਜੀ, ਬਹੁਤ ਸੋਹਣਾ ਚੰਗਾ ਜਾਨਵਰ ਹੈ, ਦੇਖ ਲਓ। ਹਾਂਜੀ ਹਾਂਜੀ, ਥੋੜੀ ਮਿਹਨਤ ਹੈ ਪਿੰਡਾ ਭਾਜੀ ਜੀ। ਹਾਂਜੀ, ਤੇ ਉਹਨਾਂ ਦਾ ਪੂਰਾ ਸਾਨੂੰ ਸਾਥ ਹੈ, ਉਹ ਆਸਟ੍ਰੇਲੀਆ 'ਚ ਬੈਠੇ ਵੀ ਨਾ ਪੂਰੀ ਜਾਣੀ ਕਿ ਮਦਦ ਪੂਰੀ ਕਰਦੇ ਹੈ। ਠੀਕ ਹੈ, ਠੀਕ। ਉੱਥੇ ਬੈਠੇ ਤੀਜੀ ਅੱਖ ਨਾਲ ਦੇਖਦੇ ਰਹਿੰਦੇ ਆ, ਇਹਨਾਂ 'ਚ ਧਿਆਨ ਹੈ ਉਹਦਾ। ਹਾਂਜੀ ਹਾਂਜੀ। ਤੇ ਤੇ ਇਹਦੇ ਆਪਣੇ ਫਾਦਰ ਬਾਰੇ ਦੱਸੋਗੇ ਜੋਗੀ ਦੇ, ਵੀ ਇਹਦੇ ਫਾਦਰ ਕੌਣ ਹੈ ਜੋਗੀ ਦਾ ਜੀ? ਜੋਗੀ ਦਾ ਫਾਦਰ ਹੈਗਾ ਜੀ ਆਪਣੇ ਅਮਰਵੀਰ ਭਾਜੀ ਵਾਲਾ ਟਾਈਗਰ ਹੈ। ਅੱਛਾ ਜੀ, ਹਾਂਜੀ। ਉਹਦੇ ਕੋਲੋਂ ਇਹ ਉਹਦੇ ਅੱਗੇ ਮੇਟ ਕਰਾਈ ਸੀਗੀ, ਤੇ ਉਹਦਾ ਬੱਚਾ ਇਹ ਟਾਈਗਰ ਦਾ, ਅਮਰਵੀਰ ਭਾਈ, ਅਮਰਵੀਰ ਭਾਜੀ ਸਾਹਿਬ ਜੋ ਟਾਈਗਰ ਹੈ। ਹਾਂਜੀ, ਠੀਕ ਹੈ। ਤੋ ਆਪਣੇ ਭਾਈ ਸਾਹਿਬ ਬਲਬੀਰ ਸਿੰਘ ਜੀ, ਆਪ ਹਮਾਰੇ ਦਰਸ਼ਕੋਂ ਕੋ ਬਤਾਏਂਗੇ ਕਿ ਜੈਸੇ ਕਿ ਇਹ ਜੋਗੀ ਕੀ ਇਤਨੀ ਅੱਛੀ ਫਿਟਨੈਸ ਹੈ, ਤੋ ਇਸਕੇ ਲਈ ਆਪ ਕਿਆ ਐਕਸਰਸਾਈਜ਼ ਕਰਵਾਤੇ ਹੈ ਜੀ? ਭਾਜੀ ਨੂੰ ਉੱਠ ਕੇ ਸਵੇਰੇ ਲੈ ਕੇ ਜਾਂਦੇ ਹਾਂ 4 ਵਜੇ। ਅੱਛਾ, ਸੁਬਹਾ 4 ਵਜੇ ਉੱਠ ਕੇ ਲੈ ਕੇ ਜਾਂਦੇ ਹੋ? 4 ਵਜੇ ਲੈ ਕੇ ਜਾਂਦੇ ਇਹਨੂੰ, ਕੋਈ 5 ਕਿਲੋਮੀਟਰ 5.5 ਕਿਲੋਮੀਟਰ ਲੈ ਕੇ ਜਾਂਦੇ ਹਾਂ, 2.5 ਜਾਣ 2.5 ਜਾਣ। ਅੱਛਾ, 2.5 ਆਉਣਾ ਔਰ 2.5 ਜਾਣਾ। ਹਾਂਜੀ। ਗੁਰਮੁਖ ਸਿੰਘ ਜੀ, ਆਪ ਹਮਾਰੇ ਦਰਸ਼ਕੋਂ ਕੋ ਇਹ ਬਤਾਏ ਕਿ ਜੋ ਜੋਗੀ ਕਾ ਜੋ ਡਾਇਟ ਹੈ, ਤੋ ਇਸਕੋ ਸੁਬਹ ਸ਼ਾਮ ਆਪ ਡਾਇਟ ਮੇ ਕਿਆ ਦਿੱਤੀ ਹੋਈ? ਜੋਗੀ ਦੀ ਡਾਇਟ ਤਾਂ ਹੈਗੀ ਜੀ, ਆਪਾਂ ਚਿਕਨ ਪਾਉਂਦੇ ਹਾਂ ਜਿੱਦਾਂ ਸਵੇਰ ਨੂੰ ਖਾਣੇ ਦੇ ਵਿੱਚ, ਅਤੇ ਦਹੀਂ ਪਾਉਂਦੇ ਹਾਂ ਸਵੇਰ ਨੂੰ, ਅਤੇ ਦੁਪਹਿਰ ਨੂੰ ਇਹਨੂੰ ਕੱਚੀ ਲੱਸੀ ਪਾ ਦਈਦੀ ਹੈ ਜੀ, ਅਤੇ ਬਾਕੀ ਸ਼ਾਮ ਨੂੰ ਫਿਰ ਆਪਣਾ ਚਿਕਨ ਦੇ ਨਾਲ ਰੋਟੀ। ਅੱਛਾ, ਹਾਂਜੀ। ਅਤੇ ਉਹ ਆਪ ਬਤਾਏਂਗੇ ਜੋ ਰੋਟੀ ਡਾਲਤੇ ਹੋ, ਉਹ ਸਿੰਪਲ ਗੇਹੂੰ ਵਾਲੀ ਰੋਟੀ ਹੋਤੀ ਹੈ ਜਾਂ ਉਸ ਜੈਸੇ ਕਈ ਕਈ ਹਮਨੇ ਦੇਖਾ ਇੰਟਰਵਿਊ ਮੇਂ ਬਤਾਇਆ ਵੀ ਸੋਇਆਬੀਨ ਚਨਾ ਮਿਕਸ ਕਰਕੇ ਡਾਲਤੇ? ਹਾਂਜੀ, ਉਹ ਪਾਉਂਦੇ ਹਾਂ ਜੀ ਇਹਨੂੰ, ਇਹਨੂੰ ਪਾਉਂਦੇ ਹੈ ਉਹ ਸਾਰਾ ਜੋ ਤੁਸੀਂ ਦੱਸਿਆ ਹੀ ਹੈ, 4-5 ਤਰ੍ਹਾਂ ਦੀਆਂ ਆਈਟਮਾਂ। ਜਿਹੜੀ ਸ਼ੀਲਾ ਹੈ ਆਪਣੀ, ਉਹਨੂੰ ਇਕੱਲੀ ਸੈਂਪਲ ਕਣਕ ਦੀ ਰੋਟੀ ਪਾਉਂਦੇ ਹਾਂ ਜੀ, ਜੋ ਸਿਰਫ ਕਣਕ ਦੀ ਸਿੰਪਲ ਰੋਟੀ, ਕਣਕ ਦੀ ਰੋਟੀ ਹੈ ਜੀ, ਅਤੇ ਉਹਨੂੰ ਦੁੱਧ ਪਾਈਦਾ, ਸਵੇਰ ਨੂੰ ਵੀ ਪਾਈਦਾ ਅਤੇ ਸ਼ਾਮ ਨੂੰ ਵੀ ਤਾਜ਼ਾ ਤਾਜ਼ਾ ਦੁੱਧ ਪਾਈਦਾ ਇਹਨਾਂ ਨੂੰ। ਹਾਂਜੀ। ਤੋ ਗੁਰਮੁਖ ਸਿੰਘ ਜੀ, ਆਪ ਹਮਾਰੇ ਦਰਸ਼ਕੋਂ ਕੋ ਇਹ ਬਤਾਏ ਇਸਕੀ ਜੋ ਜੋਗੀ ਹੈ ਜੋ ਇਸਕੀ ਹਾਈਟ ਕਿਤਨੀ ਹੈ?
ਹਾਈਟ ਲਗਭਗ ਇਹਦੀ 33 ਦੇ ਕਰੀਬ ਹੈ ਜੀ, 33 ਇੰਚ ਦਾ ਇਹਦੀ ਹਾਈਟ ਹੈ ਜੀ। ਹਾਂਜੀ ਵੀ ਅਤੇ ਬਾਕੀ ਇਹਦਾ ਵੇਟ ਹੈਗਾ ਜੀ 70 ਕੇ ਜੀ। 70 ਕਿਲੋ ਵਜਨ? 70 ਕਿਲੋ ਵੇਟ ਹੈ ਜੀ। ਔਰ 33 ਇੰਚ ਹਾਈਟ? ਹਾਂ ਜੀ 33 ਇੰਚ। ਔਰ ਉਮਰ ਕੇ ਬਾਰੇ ਮੈਂ ਬਤਾਏਂਗੇ, ਇਸਕੀ ਉਮਰ ਕਿਤਨੀ ਹੈ? ਉਮਰ ਹੈ ਜੀ 18 ਮਹੀਨਿਆਂ ਦੀ ਹੈ ਜੀ। 18 ਮਹੀਨੇ? ਹਾਂਜੀ। ਔਰ ਜੋ ਇਸਕੀ ਸਿਸਟਰ ਹੈ ਉਸਕੀ ਹਾਈਟ ਕਿਤਨੀ ਹੈ ਜੀ? ਉਹਦੀ 29 ਇੰਚ ਹੈ ਜੀ। ਉਸਕੀ 29 ਇੰਚ? ਹਾਂਜੀ 29 ਇੰਚ ਦੀ ਹੈ ਉਹ। ਬਾਕੀ ਸੇਮ ਕਲਰ ਹੈ ਇਹਦਾ। ਅੱਛਾ ਉਸਕਾ ਔਰ ਇਸਕਾ? ਹਾਂਜੀ ਦੋਨੋਂ ਸੇਮ ਕਲਰ ਦੀ ਹੈ। ਗੁਰਮੁਖ ਸਿੰਘ ਜੀ ਹਮਾਰੇ ਦਰਸ਼ਕੋਂ ਕੋ ਯੇ ਬਤਾਏ ਵੀ ਜੋਗੀ ਜੋ ਹੈ ਫੈਮਿਲੀ ਕੇ ਲੀਏ ਕੈਸਾ ਡੋਗ ਹੈ? ਹਾਂਜੀ ਹਾਂਜੀ ਫੈਮਿਲੀ ਦੇ ਲਈ ਬਹੁਤ ਜਾਣੀ ਕਿ ਪਿਆਰਾ ਡੋਗ ਹੈ ਜੀ। ਇਹ ਮਾਲਕ ਦੇ ਪ੍ਰਤੀ ਵਫਾਦਾਰ ਵੀ ਹੈ ਬਹੁਤ, ਅਤੇ ਬਾਕੀ ਇਹ ਇਹਦੇ ਗਾਰਡ ਡੋਗ। ਠੀਕ ਹੈ ਜੀ। ਅਤੇ ਕੋਈ ਜਾਣੀ ਕਿ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਫੈਮਿਲੀ ਨਾਲ ਕੋਈ ਅੱਜ ਤਾਈਂ ਕੋਈ ਕੁਛ ਨਹੀਂ ਕਿਹਾ, ਜਾਣੀ ਕਿ ਪਿਆਰ ਨਾਲ ਹੀ ਰਿਹਾ ਸਾਰਿਆਂ ਨਾਲ। ਸਿਕਿਉਰਿਟੀ ਪਰਪਜ਼ ਲਈ ਬਹੁਤ ਚੰਗਾ? ਬਹੁਤ ਚੰਗਾ ਜੀ। ਬਲਬੀਰ ਸਿੰਘ ਜੀ ਹਮਾਰੇ ਦਰਸ਼ਕੋਂ ਕੋ ਆਪ ਯੋਗੀ ਕੀ ਐਕਸਰਸਾਈਜ਼ ਕੇ ਬਾਰੇ ਮੈਂ ਬਤਾਏ ਵੀ ਯੋਗੀ ਕੀ ਡੇਲੀ ਕੀ ਐਕਸਰਸਾਈਜ਼ ਕਿਆ ਹੈ? ਭਾਜੀ ਇਹਨੂੰ ਜਿੱਦਾਂ ਉੱਠ ਕੇ ਸਵੇਰੇ 4 ਵਜੇ ਲੈ ਕੇ ਜਾਂਦੇ ਹਾਂ ਇਹਨੂੰ। ਹਾਂਜੀ ਇਹ 6 ਦਿਨ ਇਹਨੂੰ, 4 ਦਿਨ ਇਹਨੂੰ ਨਠਾਉਂਦੇ ਹਾਂ ਜੀ। ਠੀਕ ਹੈ। ਹਫ਼ਤੇ ਦੇ ਵਿੱਚ 2 ਦਿਨ ਇਹਨੂੰ ਟਾਇਰ ਪਾਉਂਦੇ ਹਾਂ ਜੀ। ਅੱਛਾ ਜੀ। ਫਿਰ 1 ਦਿਨ ਐਤਵਾਰ ਨੂੰ ਛੁੱਟੀ ਦਿੰਦੇ ਹਾਂ ਜੀ। ਅੱਛਾ ਜੀ। ਹਾਂਜੀ ਐਤਵਾਰ ਕਾ ਇਸਕਾ ਰੈਸਟ ਹੁੰਦਾ ਹੈ? ਹਾਂ ਐਤਵਾਰ ਕਾ ਰੈਸਟ ਹੁੰਦਾ ਹੈ। ਫਿਟਨੈਸ ਕੇ ਲੀਏ ਇਹ ਚੀਜ਼ ਇਸਕੀ ਫਿਟਨੈਸ ਕੇ ਲੀਏ ਅੱਛੀ ਹੈ? ਹਾਂਜੀ ਹਾਂਜੀ। ਜੋ ਐਕਸਰਸਾਈਜ਼ ਹੈ ਜੋ ਜਿਸੇ ਇਹ ਐਕਟਿਵ ਰਹਿਤਾ ਹੈ? ਹਾਂਜੀ ਹਾਂਜੀ। ਗੁਰਮੁਖ ਸਿੰਘ ਜੀ ਆਪਕੇ ਬੁਲੀ ਕੇ ਬਾਰੇ ਮੈਂ ਆਪ ਆਪਣਾ ਵਿਊ ਦੀਜੀਏ। ਹਾਂਜੀ ਬੁਲੀ ਬਾਰੇ ਤਾਂ ਸਾਡਾ ਇਹ ਵਿਊ ਹੈ ਕਿ ਬਹੁਤ ਚੰਗਾ ਡੋਗ ਹੈ ਜੀ ਇਹ। ਬੁਲੀ ਬਹੁਤ ਪਿਆਰਾ ਜਾਣੀ ਕਿ ਘਰ ਵਿੱਚ ਫੈਮਿਲੀ ਰੱਖਣ ਵਾਲਾ ਡੋਗ ਹੈ ਜੀ। ਮੈਂ ਤਾਂ ਕਹਿੰਦਾ ਸਾਰੇ ਆਪਣੇ ਘਰ 'ਚ ਹਰੇਕ ਦੇ ਘਰ ਇੱਕ ਇੱਕ ਡੋਗ ਹੋਣਾ ਚਾਹੀਦਾ ਜੀ ਇਹ। ਅਤੇ ਬਾਕੀ ਇਹ ਕੋਈ ਜੇ ਅਸੀਂ ਘਰ ਹੋਈਏ ਨਾ ਹੋਈਏ ਸਾਨੂੰ ਕੋਈ ਟੈਨਸ਼ਨ ਨਹੀਂ ਇਹਨੇ ਨੇ ਆਪਣੇ ਮਗਰ 'ਤੇ ਕੋਈ ਜਾਣੀ ਕਿ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਕੋਈ ਉਨੀ ਇੱਕ ਗੱਲ ਹੋ ਸਕਦੀ ਹੈ ਜੀ। ਹਾਂ ਵੀ ਤੁਸੀਂ ਘਰੇ ਨਾ ਵੀ ਹੋ ਤਾਂ ਕਿਸੇ ਚੋਰ ਦੀ ਹਿੰਮਤ ਨਹੀਂ ਕਿਉਂ ਕਰੇ ਆ ਜਾਊਗਾ। ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਸਮਾਂ ਕਿੱਦਾਂ ਦਾ ਚੱਲਦਾ ਹੈ ਜੀ। ਬਾਕੀ ਇਹਨਾਂ ਦੀ ਜਿਹੜੀ ਬੋਡੀ ਲਾਈਨ ਹੈ ਸਾਰੀ ਦੇਖ ਕੇ ਨੋਰਮਲ ਬੰਦਾ ਜਿਹੜਾ ਨਹੀਂ ਕਦੇ ਇੱਦਾਂ ਦੇਖਿਆ ਉਹ ਦਹਿਲ ਜਾਂਦਾ ਜੀ, ਡਰ ਜਾਂਦਾ, ਸ਼ੇਰ ਆ ਗਿਆ। ਇਹਦੀ ਦੇਖਣੀ ਜਿਹੜੀ ਉਹ ਸ਼ੇਰ ਵਰਗੀ ਹੈ ਜੀ। ਹਾਂਜੀ ਹਾਂਜੀ ਬਾਕੀ ਤੁਹਾਡੇ ਸਾਹਮਣੇ ਆ ਦੇਖ ਦਿਓ। ਬਲਵੀਰ ਸਿੰਘ ਜੀ ਆਪ ਹਮਾਰੇ ਦਰਸ਼ਕੋਂ ਕੋ ਬੁੱਲੀ ਕੁੱਤਾ ਇੰਪੋਰਟ ਐਕਸਪੋਰਟ ਚੈਨਲ ਕੇ ਬਾਰੇ ਮੈਂ ਵਿਊਜ਼ ਦੀਜੀਏ, ਆਪਕੇ ਕਿਆ ਵਿਊਜ਼ ਹੈ? ਹਾਂਜੀ ਭਾਅ ਜੀ ਤੁਹਾਡਾ ਚੈਨਲ ਬਹੁਤ ਵਧੀਆ ਜੀ, ਬਹੁਤ ਅੱਛਾ ਹੈ ਜੀ। ਆਪਕੀ ਵੀਡੀਓ ਅਸੀਂ ਦੇਖਦੇ ਰਹਿੰਦੇ ਹਾਂ ਜੀ। ਜਿਹੜੇ ਡੋਗ ਤੁਸੀਂ ਦਿਖਾਲਦੇ ਹੈ ਬਹੁਤ ਅੱਛੇ ਹੈ ਜੀ, ਬਹੁਤ ਪਸੰਦ ਕਰਦੇ ਹਾਂ, ਬਹੁਤ ਲਾਈਕ ਕਰਦੇ ਹਾਂ ਜੀ।